हेलो जी, सत श्री अकाल जी सारिआं नूं। मैं हाँ गुरमीत कौर, जवंदा बुटीक ते तुहाडा स्वागत है। होर सुणाओ जी, की हाल चाल ने? मैनूं पूरी उम्मीद है भी तुसीं सारे वधिया होवोंगे, ठीक ठाक होवोंगे। लो जी, आपां सूट विखाउणे शुरू करदे हां। सोहणे सोहणे सूट ने, ते जिन्ने भी आपां सूट विखावांगे जी, सारिआं दे जिहड़े प्राइस ने, कोशिश करूंगी मैं स्क्रीन दे उपर मैनशन कर दईए जी। जे प्राइस स्क्रीन दे उपर शो होणगे तां बिना सिलाई तों होणगे, इहदे विच सिलाई ऐड नहीं होगी, ठीक है? क्योंकि जी कई बार आपां गरारा बनाउणा हुंदा है, कई बार शरारा, कई बार सिंपल सिलाई हुंदी है, कई बार किसी ने डिजाइन पवाउणे हुंदे ने, इस करके सिलाई आपां इहदे विच ऐड नहीं करांगे। सिर्फ सूट दा ही होगा, जिहड़े फैब्रिक ते बणिआ, जिहड़ा दुपट्टा लाया हैगा, ते नाल आपां सारी गल्लबात तुहाडे नाल करांगे। इस करके वीडियो नूं प्लीज़ एंड तक जरूर वेख लिओ। तो मैं पूरी उम्मीद है भी सारे सूट तुहानूं, सारे डिजाइन तुहानूं वधिया लगणगे, ठीक है जी। प्रिंटड सूट भी इहदे विच, ते नाल अपने नवें प्रिंट सूट आए ने, मैं तुहानूं उह भी दिखाउणी हैगी। ਤੁਸੀਂ ਉਹ ਵੀ ਸਾਡੇ ਤੋਂ ਉਹਦੇ ਉੱਪਰ ਵਰਕ ਕਰਵਾ ਸਕਦੇ ਹੋ। ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ, ਰਾਮ ਟੈਕਸ ਦੀ ਕੋਟਨ ਆ ਵਧੀਆ, ਅਤੇ 5 ਕਲਰ ਨੇ ਉਹਦੇ ਵਿੱਚ। ਆਪਾਂ ਤੁਹਾਨੂੰ ਡਿਜ਼ਾਇਨ ਦਿਖਾਉਂਦੇ ਹਾਂਗੇ, ਅਤੇ 2-3 ਕਲਰ ਹੋਰ ਨੇ। ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟਡ ਦਿਖਾ ਦਈਏ, ਬਾਅਦ ਵਿੱਚ ਇਹ ਦਿਖਾਉਂਦੇ ਹਾਂ, ਠੀਕ ਹੈ? ਨੀਲਾ ਦਾ ਮੈਂ ਰੱਖੂੰਗੀ, ਲਓ ਜੀ ਮਨਵੀਰ ਕੱਢਦੀ ਹੈ ਸੂਟ। ਮਨਵੀਰ ਪਹਿਲੀ ਹੋਇਆ ਵਾ, ਨੀਲਾ ਤਾਂ ਮੈਂ ਰੱਖੂੰਗੀ, ਇਹਨੂੰ ਪਸੰਦ ਹੈਗਾ। ਅਤੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ। ਤੁਸੀਂ, ਤੁਹਾਡੀ ਰਿਕੁਐਸਟ ਹੁੰਦੀ ਹੈ ਜੀ ਗਰਮੀ ਵਾਲੇ ਕੱਪੜੇ, ਗਰਮੀ ਵਾਲੇ ਕੱਪੜੇ। ਹੁਣ ਤੁਹਾਨੂੰ ਨੇ ਪਤਾ ਲੱਗ ਜੂ ਵੀ ਤੁਸੀਂ ਕਿਹੜੇ ਦੇ ਕੰਮ ਕਰਵਾਉਣਾ, ਤੁਸੀਂ ਕਰਵਾ ਸਕਦੇ ਹੋਗੇ। ਕਈ ਤਰ੍ਹਾਂ ਦੇ ਕਲਰ ਹੈਗੇ ਨੇ। ਮਨਵੀਰ ਰਾਮ ਟੈਕਸ ਦੀ ਲੀ ਲੈਣਾ ਜਿਹੜੀ ਪਲੇਨ, ਉਹ ਵੀ ਇੱਕ ਅੱਧਾ ਸੂਟ ਦਿਖਾ ਦਈਏ, ਆਪਾਂ ਦਿਖਾ ਦਾਂਗੇ ਇਹਨਾਂ ਨੂੰ। ਜੇ ਵੀਡੀਓ ਲੰਬੀ ਹੋ ਗਈ ਜੀ, ਫਿਰ ਇਹ ਆਪਾਂ ਨੈਕਸਟ ਵੀਡੀਓ ਵਿੱਚ ਦਿਖਾ ਦਾਂਗੇ। ਪਹਿਲਾਂ ਤੁਹਾਨੂੰ ਕੋਟਨ ਦੇ ਦਿਖਾ ਦਿੰਦੇ ਹਾਂ। ਰਾਮ ਟੈਕਸ ਦੀ ਕੋਟਨ ਕੱਢਤੀ, ਲਓ ਜੀ ਇਹਦੇ ਵਿੱਚ। ਇਹ ਸਭ ਤੋਂ ਪਹਿਲਾਂ ਇਹ ਦੇਖੋ ਰਾਮ ਟੈਕਸ ਦਾ ਹੈਗਾ, ਬਾਕੀ ਇਹ ਸੂਟ ਦੇ ਉੱਪਰ ਵੀ ਪ੍ਰਿੰਟ ਹੋਇਆ ਹੋਇਆ, ਸੂਟ ਦੇ ਉੱਪਰ ਵੀ ਇੱਥੇ ਸ਼ੋਅ ਹੋ ਰਿਹਾ ਤੁਹਾਨੂੰ ਲਿਖਿਆ ਹੋਇਆ ਰਾਮ ਟੈਕਸ। ਅਤੇ ਇਹਦੇ ਆਪਾਂ ਜਿਹੜਾ ਇੱਕ ਕਲਰ ਇਹਦੇ ਵਿੱਚ ਇਹ ਆ, ਇਹ ਹੈਗਾ ਜੀ 2.5 ਮੀਟਰ, ਤੁਹਾਨੂੰ ਚੈੱਕ ਵਾਲਾ ਫੈਬਰਿਕ ਇਹ ਮਿਲੂਗਾ, ਅਤੇ 2.5 ਮੀਟਰ ਤੁਹਾਨੂੰ ਇਹ ਮਿਲੂਗਾ। ਇਹਦੇ ਵਿੱਚ ਸੈਲਫ ਪ੍ਰਿੰਟ ਆ ਲੀਲਨ ਦਾ, ਇਹ ਬਹੁਤ ਸੋਹਣੀ ਲੀਲਨ ਹੈਗੀ। ਅਤੇ ਇੱਥੇ ਤੁਹਾਡੀ ਮਰਜ਼ੀ ਆ, ਤੁਸੀਂ ਹੈ ਨਾ, ਤੁਸੀਂ ਇਹਦੀ ਕਮੀਜ਼ ਵੀ ਬਣਾ ਸਕਦੇ ਹੋ, ਇਹਦੀ ਸਲਵਾਰ ਵੀ ਬਣਾ ਸਕਦੇ ਹੋ, ਜਿਵੇਂ ਵੀ ਤੁਹਾਨੂੰ ਠੀਕ ਲੱਗਦਾ। ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਜਾਂ ਇਸ ਤਰ੍ਹਾਂ ਹੀ ਪਾ ਸਕਦੇ ਹੋਗੇ। ਅਤੇ ਵਰਕ ਦੇ ਲਈ ਮੈਂ ਭੇਜਣੇ ਨੇ ਅਜੇ ਸੂਟ ਇਹ, ਕਿਉਂਕਿ ਵਰਕਰਾਂ ਕੋਲ ਮੇਰਾ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਪਿਆ ਹੈਗਾ। ਅਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣੀ ਚਾਹੂੰਗੀ, ਜੇ ਤੁਸੀਂ ਸਾਡੇ ਤੋਂ ਸੂਟ ਸਿਲਾਈ ਕਰਵਾਉਂਦੇ ਹੋ ਜੀ, ਕਢਾਈ ਕਰਵਾਉਂਦੇ ਹੋ, ਤਾਂ ਪਲੀਜ਼ ਤੁਹਾਨੂੰ ਟਾਈਮ ਜ਼ਰੂਰ ਦੇਣਾ ਪਊ, ਕਿਉਂਕਿ ਸਾਡੇ ਕੋਲ ਰਸ਼ ਬਹੁਤ ਜ਼ਿਆਦਾ ਹੈ। ਕਢਾਈ ਦਾ ਵੀ ਬਹੁਤ ਜ਼ਿਆਦਾ ਰਸ ਹੈ, ਅਤੇ ਸਿਲਾਈ ਦਾ ਵੀ ਬਹੁਤ ਜ਼ਿਆਦਾ ਰਸ ਹੈ, ਇਸ ਕਰਕੇ ਟਾਈਮ ਤੁਹਾਨੂੰ ਦੇਣਾ ਪਊਗਾ। ਅਤੇ ਜੇ ਤੁਸੀਂ ਇਸ ਤਰ੍ਹਾਂ ਹੀ ਲੈਣੇ ਨੇ ਜੀ ਪਲੇਨ, ਤਾਂ ਇੱਥੇ ਮੈਂ ਤੁਹਾਨੂੰ ਮੈਨਸ਼ਨ ਕਰ ਦੂੰਗੀ ਪ੍ਰਾਈਸ ਇਹਨਾਂ ਦੇ, ਤੁਸੀਂ ਲੈ ਸਕਦੇ ਹੋ, ਠੀਕ ਹੈ? ਅੱਗੇ ਤੁਹਾਡੀ ਮਰਜ਼ੀ ਹੈ। ਲਓ ਜੀ ਇਹ ਕਮੀਜ਼ ਦਾ ਕੱਪੜਾ ਹੈਗਾ, ਕਾਫੀ ਜ਼ਿਆਦਾ ਸੋਹਣਾ। ਅਤੇ ਸਲਵਾਰ ਆ, ਪਹਿਲਾ ਰੰਗ ਇਹਦੇ ਵਿੱਚ ਇਹ ਹੈਗਾ, ਅਤੇ ਦੂਜਾ ਰੰਗ ਇਹਦੇ ਵਿੱਚ ਹੈਗਾ ਜੀ ਲਵੈਂਡਰ। ਪਹਿਲਾਂ ਲੈਮਨ ਜਿਹਾ ਆ ਗਿਆ, ਦੂਜਾ ਇਹ ਲਵੈਂਡਰ ਹੈ। ਇਹ ਸਲਵਾਰ ਕਮੀਜ਼ ਜਿਵੇਂ ਵੀ ਤੁਹਾਨੂੰ ਠੀਕ ਲੱਗਿਆ, ਇਹ ਵਾਲਾ ਆ ਗਿਆ, ਤੁਹਾਨੂੰ ਦਿਖਾਈ ਦੇ ਰਿਹਾ ਹੈ ਨਾ, ਵਰਕ ਕਰਕੇ ਤੁਸੀਂ ਕਰਵਾ ਸਕਦੇ ਹੋ। ਦੂਜਾ ਰੰਗ ਲਵੈਂਡਰ ਆ ਗਿਆ ਜੀ। ਤੀਜਾ ਕਲਰ ਹੈਗਾ ਇਹਦੇ ਵਿੱਚ ਬੇਬੀ ਪਿੰਕ, ਬਹੁਤ ਸੋਹਣੇ ਕਲਰ ਨੇ, ਆਈਸਕ੍ਰੀਮ ਚਾਰਟ ਆ ਸਾਰਾ, ਇਹ ਬੇਬੀ ਪਿੰਕ ਦੇ ਨਾਲ ਆ ਗਿਆ, ਬਹੁਤ ਜ਼ਿਆਦਾ ਸੋਹਣਾ ਇਹ। ਅਤੇ ਚੌਥਾ ਕਲਰ ਇਹਦੇ ਵਿੱਚ ਆ ਗਿਆ ਜੀ, ਇਹ ਫਿਰੋਜ਼ੀ ਦੇ ਨਾਲ, ਇਹ ਫਿਰੋਜ਼ੀ ਦੇ ਨਾਲ ਆ ਗਿਆ ਚੌਥਾ ਕਲਰ। ਅਤੇ ਪੰਜਵਾਂ ਕਲਰ ਇੱਕ ਹੋਰ ਹੈਗਾ, ਦੇਖੋ ਇਹਦੇ ਨਾਲ ਦਾ ਪੰਜਵਾਂ ਕਲਰ ਕਿੱਥੇ ਆ, ਇਹ ਹੈਗਾ ਤਾਂ ਪੰਜਵਾਂ ਕਲਰ ਪੀਚ ਸਲਵਾਰ ਦੇ ਨਾਲ, ਇਹ ਵਾਲਾ ਪੰਜਵਾਂ ਕਲਰ ਹੈ। ਦੁਬਾਰਾ ਫਿਰ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਪਹਿਲਾ ਕਲਰ ਪੀਚ ਸਲਵਾਰ ਦੇ ਨਾਲ ਹੈ ਜੀ, ਦੂਜਾ ਕਲਰ ਫਿਰੋਜ਼ੀ ਸਲਵਾਰ ਦੇ ਨਾਲ ਹੈ, ਤੀਜਾ ਕਲਰ ਹੈਗਾ ਬੇਬੀ ਪਿੰਕ ਸਲਵਾਰ ਦੇ ਨਾਲ, ਚੌਥਾ ਕਲਰ ਹੈਗਾ ਲਵੈਂਡਰ ਦੇ ਨਾਲ, ਅਤੇ ਪੰਜਵਾਂ ਕਲਰ ਹੈਗਾ ਲੈਮਨ ਦੇ ਨਾਲ। ਅਤੇ ਇੱਥੇ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਿੰਦੀ ਹਾਂ ਵੀ ਇਹ ਤੁਸੀਂ ਵਰਕ ਕਰਕੇ ਵੀ ਮੰਗਵਾ ਸਕਦੇ ਹੋ, ਅਤੇ ਪਲੇਨ ਵੀ ਮੰਗਵਾ ਸਕਦੇ ਹੋ, ਠੀਕ ਹੈ? ਅਤੇ ਆਪਾਂ ਅੱਗੇ ਹੋਰ ਸੂਟ ਦਿਖਾਉਂਦੇ ਹਾਂ। ਰਾਮ ਟੈਕਸ ਦੇ ਨੇ ਜੀ, ਇਹਦੇ ਵਿੱਚ ਕੋਈ ਵੀ ਡੁਪਲੀਕੇਟ ਨਹੀਂ ਹੋਊਗਾ, ਮੈਂ ਗਲਤ ਕੱਪੜਾ ਲੈ ਕੇ ਨਹੀਂ ਆਉਂਦੀ ਹੈਗੀ। ਅਤੇ ਇੱਕ ਇਹ ਵਾਲਾ, ਇਹ ਵੀ ਰਾਮ ਟੈਕਸ ਦਾ ਜੀ। ਅਤੇ ਇੱਥੇ ਵੀ ਇਹ ਤੁਹਾਨੂੰ 2.5-2.5 ਮੀਟਰ ਮਿਲੂਗਾ ਜੀ। ਇਹ ਹੈਗਾ ਵਾਈਟ, ਇਹਦੇ ਵਿੱਚ ਹੈਗਾ ਬਲੂ ਪ੍ਰਿੰਟ, ਠੀਕ ਹੈ? ਇਹ ਹੈਗਾ ਬਲੂ, ਇਹਦੇ ਵਿੱਚ ਹੈਗਾ ਵਾਈਟ ਪ੍ਰਿੰਟ। ਇਹ ਤੁਹਾਨੂੰ 2.5-2.5 ਮੀਟਰ ਮਿਲੂਗਾ, ਚਾਹੇ ਤੁਸੀਂ ਇਹਦੀ ਸਲਵਾਰ ਬਣਾ ਲਓ, ਇਹਦਾ ਕਮੀਜ਼ ਬਣਾ ਲਓ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਬਣਾ ਸਕਦੇ ਹੋ, ਠੀਕ ਹੈ ਜੀ? 2.5-2.5 ਮੀਟਰ ਇਹ ਮਿਲੂਗਾ, 2.5 ਮੀਟਰ ਇਹ ਮਿਲੂਗਾ। ਪਹਿਲਾ ਕਲਰ ਇਹਦੇ ਵਿੱਚ ਇਹ ਬਲੂ ਅਤੇ ਵਾਈਟ ਹੈ, ਅਤੇ ਦੂਸਰਾ ਕਲਰ ਇਹਦੇ ਵਿੱਚ ਇਹ ਆਪਣੇ ਕੋਲ ਬਲੈਕ ਅਤੇ ਵਾਈਟ ਹੈ। ਸਿਰਫ ਸਾਡੇ ਕੋਲ ਇਹ 4 ਸੂਟ ਨੇ, 5ਵਾਂ ਸੂਟ ਇਹਦੇ ਵਿੱਚ ਸਾਡੇ ਕੋਲ ਹੈ ਨਹੀਂਗਾ। ਜੇ ਮਿਲ ਗਿਆ ਔਡਰ ਹੋਏ ਜ਼ਿਆਦਾ ਜੀ, ਫਿਰ ਮੈਂ ਲੈ ਆਊਂਗੀ, ਸਿਰਫ ਫਿਲਹਾਲ ਮੈਂ 4 ਲਏ ਨੇ। ਅਤੇ ਵਰਕ ਕਰਵਾ ਕੇ ਇਹ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੀ, ਤੁਸੀਂ ਵਰਕ ਕਰਵਾਉਂਦੇ ਇਹਨੂੰ ਬਹੁਤ ਜ਼ਿਆਦਾ ਚਚੂਗਾ। ਅਤੇ ਬਾਕੀ ਤੁਹਾਡੀ ਮਰਜ਼ੀ ਆ, ਹੈ ਨਾ? ਇਹ ਵੀ ਰਾਮ ਟੈਕਸ ਦਾ ਹੈਗਾ, ਜਿਹੜਾ ਕੱਪੜਾ ਲਿਆਂਦਾ ਇਹ ਸਾਰਾ ਰਾਮ ਟੈਕਸ ਦਾ ਹੈਗਾ, ਬਿਨਾਂ ਰਾਮ ਟੈਕਸ ਤੋਂ ਕੋਈ ਵੀ ਆਪਾਂ ਕੱਪੜਾ ਨਹੀਂ ਲਿਆ। ਨੈਕਸਟ ਹੈਗਾ ਜੀ ਆਪਣੇ ਕੋਲ ਇਹ ਲੈਮਨ ਹੈਗਾ, ਆਪਣਾ ਹਲਕਾ ਜਿਹਾ 'ਚ ਸੈਲਫ ਹੈਗਾ, ਅਤੇ ਇਹ ਵੀ ਰਾਮ ਟੈਕਸ ਦਾ ਹੈਗਾ। ਇਹ ਮੈਂ ਤੁਹਾਨੂੰ ਹੁਣ ਦੱਸ ਦਿੰਦੀ ਹਾਂ, ਜੇ ਪਲੇਨ ਨਹੀਂ ਮਿਲੂਗਾ ਇਹਦੇ ਉੱਪਰ ਤੁਸੀਂ ਡਿਜ਼ਾਇਨ ਜਿਹੜਾ ਮਰਜ਼ੀ ਬਣਵਾ ਲਓ, ਉਹ ਡਿਜ਼ਾਇਨ ਆਪਾਂ ਕਰਕੇ ਦੇ ਦਾਂਗੇ, ਪਰ ਪਲੇਨ ਨਹੀਂ ਮਿਲਦਾ ਹੈਗਾ। ਗਰਮੀਆਂ ਵਾਲਾ ਬਹੁਤ ਸੋਹਣਾ ਕੱਪੜਾ,
ਤੇ ਜੇ ਹੁਣ ਤੁਸੀਂ ਇੰਡੀਆ ਤੋਂ ਹੈ ਨਾ ਉਹ ਕਰਦੇ ਹੋ ਬਿਲੋਂਗ ਤੁਸੀਂ ਕਹਿੰਦੇ ਹੋ ਜੀ ਅਸੀਂ ਲਾਈਨਿੰਗ ਨਹੀਂ ਲਗਵਾਉਣੀ ਇਹਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਲੈਮਨ ਸ਼ੇਡ ਹੋ ਗਿਆ ਅਤੇ ਦੂਸਰਾ ਹੋ ਗਿਆ ਜੀ ਇਹ ਇਹ ਬਈ ਹੈਗਾ ਗਾ ਰਾਮਟੈਕਸ ਦਾ ਲੀਲਨ ਦਾ ਇਹ ਸਿੱਧੀਆਂ ਲੈਣਾ ਜਾਂਦੀਆਂ ਨੇ ਲੀਲਨ ਦੇ ਵਿੱਚ ਤੁਹਾਨੂੰ ਪਲੇਨ ਨਹੀਂ ਮਿਲੂਗਾ ਇਹਦੇ ਉੱਪਰ ਵੀ ਤੁਸੀਂ ਡਿਜ਼ਾਇਨ ਜਿਹੜਾ ਮਰਜ਼ੀ ਬਣਵਾ ਲਓ ਵਰਕ ਕਰਕੇ ਮਿਲੂਗਾ ਠੀਕ ਹੈ ਜਾਂ ਤੁਸੀਂ ਸਾਡੇ 'ਤੇ ਗੱਲ ਛੱਡ ਦਿਓ ਜੀ ਹੈ ਨਾ ਤੁਸੀਂ ਮੈਨੂੰ ਰੇਂਜ ਦੱਸ ਦਿਓ ਵੀ ਇੱਦੋਂ ਵੱਧ ਕਢਾਈ ਦਾ ਰੇਟ ਨਾਲ ਲੱਗਿਓ ਅਤੇ ਮੈਂ ਤੁਹਾਨੂੰ ਵਰਕ ਕਰਵਾ ਕੇ ਦੇ ਦੂੰਗੀ ਦੁਪੱਟਾ ਵਗੈਰਾ ਲਗਵਾ ਕੇ ਇਹਨਾਂ ਦੇ ਨਾਲ ਦੁਪੱਟੇ ਜਿਸ ਤਰ੍ਹਾਂ ਇਹ ਹੈਗੇ ਨੇ ਜੀ ਹੈ ਨਾ ਆਪਣੇ ਗਰਮੀਆਂ ਵਿੱਚ ਲੈਣ ਲਈ ਬਹੁਤ ਸੋਹਣਾ ਦੁਪੱਟੇ ਨੇ ਪਿਓਰ ਜੋਰਜੱਟ ਦੇ ਵਿੱਚ ਇਹ ਦੁਪੱਟੇ ਆਉਂਦੇ ਨੇ ਇਹ ਦੇਖੋ ਬਹੁਤ ਜ਼ਿਆਦਾ ਸੋਹਣੀ ਇਹਨਾਂ ਦੀ ਕੁਆਲਿਟੀ ਹੈ ਦੇਖੋ ਕਿੰਨੇ ਪਤਲੇ ਨੇ ਇਹ ਸਿਰ ਤੋਂ ਸਲਿੱਪਰੀ ਨਹੀਂ ਹੈਗੇ ਇਸ ਤਰ੍ਹਾਂ ਨਹੀਂ ਹੈਗਾ ਵੀ ਇਹ ਸਿਰ ਤੋਂ ਉੱਤਰ ਜੂਗਾ ਬਹੁਤ ਜ਼ਿਆਦਾ ਸ਼ਾਨਦਾਰ ਦੁਪੱਟਾ ਇਹ ਤੁਸੀਂ ਇਹਨਾਂ ਨਾਲ ਇਹ ਦੁਪੱਟੇ ਡਾਈ ਕਰਵਾ ਸਕਦੇ ਹੋ ਗਰਮੀਆਂ ਦੇ ਲਈ ਅਤੇ ਹੋ ਗਈ ਜੀ ਇਹ ਫੈਬਰਿਕ ਦੀ ਗੱਲ ਉਸ ਤੋਂ ਬਾਅਦ ਆ ਗਿਆ ਇਹਦੇ ਵਿੱਚ ਪਲੇਨ ਫੈਬਰਿਕ ਇਹ ਵੀ ਰਾਮਟੈਕਸ ਦਾ ਪਲੇਨ ਫੈਬਰਿਕ ਹੈ ਰਾਮਟੈਕਸ ਦੀ ਲੀਲਨ ਹੈਗੀ ਠੀਕ ਹੈ ਇਹਦੇ ਵਿੱਚ ਤੁਸੀਂ ਜਿੰਨੇ ਕਲਰ ਕਹੋਗੇ ਉਨੇ ਮਿਲ ਜਾਣਗੇ ਕੁਛ ਕੁ ਕਲਰ ਮੇਰੇ ਕੋਲ ਹੈਗੇ ਨੇ ਫਸਟ ਕਲਰ ਇਹ ਹੈਗਾ ਜੀ ਜ਼ਿਆਦਾ ਨਾ ਇਹ ਮਸਟਰਡ ਹੈ ਨਾ ਬਿਲਕੁਲ ਲੈਮਨ ਹੈ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਜਿਵੇਂ ਗ੍ਰੀਨ ਦਾ ਟੱਚ ਜਿਹਾ ਹੈਗਾ ਇਹ ਕਲਰ ਹੋ ਗਿਆ ਮਾਊਸ ਹੋ ਗਿਆ ਇਹ ਤੁਸੀਂ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਠੀਕ ਹੈ ਜੇ ਮੈਚਿੰਗ ਬਣਾਉਣੇ ਨੇ ਮਾਊਸ ਹੋ ਗਿਆ ਜੀ ਇਹ ਦੇਖੋ ਕਿੰਨਾ ਪਿਆਰਾ ਪੀਚ ਹੋ ਗਿਆ ਇਹ ਕਿੰਨਾ ਪਿਆਰਾ ਹੋ ਗਿਆ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਕਈ ਕਲਰ ਹੈਗੇ ਨੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਮੈਚਿੰਗ ਬਣਾਉਣਾ ਜਾਂ ਆਲ ਓਵਰ ਬਣਾਉਣਾ ਹੈਗਾ ਇਹਦੇ ਵਿੱਚ ਤੁਸੀਂ ਜਿੰਨੇ ਰੰਗ ਕਹੋਗੇ ਤੁਹਾਨੂੰ ਉਨੇ ਰੰਗ ਮਿਲ ਜਾਣਗੇ ਠੀਕ ਹੈ ਲਓ ਜੀ ਇਹ ਗੱਲ ਹੋ ਗਈ ਆਪਣੇ ਕਾਟਨ ਦੇ ਸੂਟਾਂ ਦੀ ਪ੍ਰਿੰਟਡ ਸੂਟਾਂ ਦੀ ਹੁਣ ਆਪਾਂ ਤੁਹਾਨੂੰ ਦੂਸਰੇ ਸੂਟ ਦਿਖਾਉਂਦੇ ਹਾਂ ਇਹ ਹੈਗਾ ਪ੍ਰਿੰਟਡ ਸੂਟ ਇਹਦਾ ਵੀ ਉਹੀ ਹਿਸਾਬ ਕਿਤਾਬ ਆ ਹੈ ਨਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਿਨਾਂ ਵਰਕ ਤੋਂ ਵੀ ਲੈ ਸਕਦੇ ਹੋ ਇਹਦੇ ਨਾਲ ਦੇ ਅਸੀਂ ਕਾਫੀ ਜ਼ਿਆਦਾ ਸੇਲ ਕਰੇ ਨੇ ਇਹ ਇਸ ਤਰ੍ਹਾਂ ਹੀ ਸਿਲਾਈ ਕਰਵਾਇਆ ਮੇਰਾ ਖੁਦ ਦਾ ਆਪਣਾ ਵੀ ਹੈ ਉਹ ਵੀ ਇਸ ਤਰ੍ਹਾਂ ਹੀ ਸਿਲਾਈ ਕਰਾਇਆ ਹੋਇਆ ਵਰਕ ਨਹੀਂ ਕਰਿਆ ਅਤੇ ਨਾਲ ਇਹਦੇ ਹੈਗੀ ਇਹ ਵਾਲੀ ਪਲੇਨ ਸਲਵਾਰ ਲਾ ਕੇ ਆਪਾਂ ਇਹ ਸੂਟ ਤਿਆਰ ਕਰਿਆ ਨਾਲ ਰੱਖਿਆ ਹੋਇਆ ਜੀ ਇਹਦੇ ਆਪਾਂ ਇਸ ਤਰ੍ਹਾਂ ਪਿਓਰ ਜੋਰਜੱਟ ਦਾ ਦੁਪੱਟਾ ਰੱਖਿਆ ਅਤੇ ਇਸ ਤਰ੍ਹਾਂ ਦੀ ਇਹਨੂੰ ਲੇਸ ਦੇ ਕੇ ਫਿਨਿਸ਼ਿੰਗ ਕੀਤਾ ਹੋਇਆ ਜਦੋਂ ਪਤਾ ਇਹ ਸੂਟ ਬਣ ਜਾਂਦਾ ਇਹ ਫੇਰ ਹੀ ਜੱਚਦਾ ਵਧੀਆ ਹੈ ਨਾ ਜਾਂ ਤੁਸੀਂ ਮੇਰੇ 'ਤੇ ਗੱਲ ਛੱਡ ਸਕਦੇ ਹੋ ਹੈ ਨਾ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਸਿਲਾਈ ਕਰਾ ਦਿਓ ਮੈਂ ਉਸ ਹਿਸਾਬ ਨਾਲ ਤੁਹਾਨੂੰ ਸਿਲਾਈ ਕਰਵਾ ਕੇ ਦੇ ਦੂੰਗੀ ਜਾਂ ਤੁਸੀਂ ਮੈਨੂੰ ਡਿਜ਼ਾਇਨ ਭੇਜ ਸਕਦੇ ਹੋ ਵੀ ਇਸ ਤਰ੍ਹਾਂ ਦੀ ਸਾਨੂੰ ਸਿਲਾਈ ਕਰਾ ਕੇ ਦਿਓ ਜਿਸ ਤਰ੍ਹਾਂ ਹੁਣ ਇਹ ਮੇਰੇ ਪਾਇਆ ਹੋਇਆ ਇਹਦੇ ਵਿੱਚ ਵੀ ਹੈਗਾ ਇੱਕ ਦੋ ਕਲਰ ਹੋਰ ਇਹਦੇ ਲਈ ਮੈਂ ਪਿੰਟੈਕਸ ਪਵਾਏ ਨੇ ਇੱਥੋਂ ਟੇਢੇ ਪਿੰਟੈਕਸ ਪਵਾ ਲਏ ਇਹ ਆਪਾਂ ਚਾਕਾਂ ਨੂੰ ਵੀ ਪਵਾ ਸਕਦੇ ਹਾਂ ਫਰੰਟ ਬੈਕ ਅਤੇ ਇਸ ਤਰ੍ਹਾਂ ਬਾਂਹ ਦੇ ਉੱਪਰ ਕਰਵਾਏ ਨੇ ਹਿਸਾਬ ਦੇ ਨਾਲ ਕਰਵਾ ਸਕਦੇ ਹੋਗੇ ਅਤੇ ਬਾਕੀ ਤੁਹਾਡੀ ਮਰਜ਼ੀ ਹੈ ਇਹਨੂੰ ਵੀ ਲਾਈਨਿੰਗ ਦੀ ਜਿਹੜਾ ਮੈਂ ਸੂਟ ਪਾਇਆ ਇਹਨੂੰ ਵੀ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਪਹਿਲਾ ਸੂਟ ਹੋ ਗਿਆ ਇਹਨਾਂ ਦਾ ਅਤੇ ਦੂਸਰਾ ਸੂਟ ਆਪਾਂ ਤਿਆਰ ਕਰਿਆ ਹੋਇਆ ਜੀ ਬੋਟਲ ਗ੍ਰੀਨ ਕਲਰ ਦੇ ਨੈਚੁਰਲ ਕਰੇਪ ਦਾ ਸੂਟ ਹੈ ਅਤੇ ਇਹ ਹੈਗਾ ਬਾਦਲੇ ਦਾ ਕੰਮ ਬਾਦਲਾ ਵਰਕ ਕਰਿਆ ਹੋਇਆ ਠੀਕ ਹੈ ਇਹ ਦੇਖੋ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਬਾਦਲੇ ਦਾ ਬਣਾਇਆ ਇਹ ਆਪਾਂ ਅਤੇ ਫਸਟ ਟਾਈਮ ਅਸੀਂ ਬੋਟਲ ਗ੍ਰੀਨ 'ਤੇ ਬਣਾਇਆ ਹੁਣ ਤੱਕ ਅਸੀਂ ਬਲੈਕ ਅਤੇ ਕੌਫੀ 'ਤੇ ਕੌਫੀ 'ਤੇ ਸਭ ਤੋਂ ਜ਼ਿਆਦਾ ਬਣੇ ਨਹੀਂ ਪਰ ਬੋਟਲ ਗ੍ਰੀਨ 'ਤੇ ਹੀ ਬਹੁਤ ਵਧੀਆ ਲੱਗਦਾ ਅਨੀਅਨ 'ਤੇ ਬਣਾਇਆ ਡਾਰਕ ਅਨੀਅਨ ਲਾਈਟ ਅਨੀਅਨ 'ਤੇ ਬਟ ਇਹ ਬੋਟਲ ਗ੍ਰੀਨ 'ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਸਾਰਾ ਕੰਮ ਬਾਦਲੇ ਦਾ ਇਹ ਫੁੱਲ ਆ ਗਿਆ ਜੀ ਇੱਥੇ ਕੋਰਨਰ 'ਤੇ ਇੱਧਰ ਹਿੱਪ ਕੋਲ ਆ ਗਿਆ ਇੱਧਰ ਛੋਟਾ ਫੁੱਲ ਆ ਗਿਆ ਅਤੇ ਇੱਕ ਇਹ ਨੈੱਕ ਕੋਲ ਆ ਗਿਆ ਅਤੇ ਬਾਂਹ ਦੇ ਉੱਪਰ ਆ ਗਿਆ ਇਸ ਤਰ੍ਹਾਂ ਦਾ ਆਪਾਂ ਇਹ ਨੈੱਕ ਡਿਜ਼ਾਇਨ ਇਹਦਾ ਬਣਾਇਆ ਹੋਇਆ ਇੱਥੇ ਤੁਹਾਡੀ ਮਰਜ਼ੀ ਹੈ ਤੁਸੀਂ ਇਸ ਤਰ੍ਹਾਂ ਦਾ ਨੈੱਕ ਡਿਜ਼ਾਇਨ ਵੀ ਬਣਵਾ ਸਕਦੇ ਹੋ ਗੋਲ ਵੀ ਬਣਵਾ ਸਕਦੇ ਹੋ ਇਹਨਾਂ ਦੇ ਦੋ ਸੂਟ ਅਸੀਂ ਇਸ ਤਰ੍ਹਾਂ ਬਣਾਏ ਨੇ ਚਾਰ ਸੂਟ ਨੇ ਦੀਦੀ ਦੇ ਦੋ ਦੂਸਰੇ ਤਰ੍ਹਾਂ ਬਣਾਏ ਨੇ ਇਹ ਲਓ ਜੀ ਕਾਫੀ ਜ਼ਿਆਦਾ ਸੋਹਣਾ ਡਿਜ਼ਾਇਨ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਤਿਆਰ ਕਰਵਾ ਸਕਦੇ ਹੋ ਲਓ ਜੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਤੁਸੀਂ ਆਪ ਹੀ ਦੇਖੋ ਕਿੰਨਾ ਜ਼ਿਆਦਾ ਜੱਚ ਰਿਹਾ ਪੀਸ ਦੇਖਣ ਵੀ ਸੋਹਣਾ ਲੱਗਦਾ ਬੋਟਲ ਗ੍ਰੀਨ ਕਲਰ ਅਤੇ ਇਹਦੇ ਨਾਲ ਰੱਖਿਆ ਹੋਇਆ ਜੀ ਆਪਾਂ ਚਨੂਨ ਦਾ ਦੁਪੱਟਾ ਦੁਪੱਟੇ ਦੇ ਲਈ ਤੁਹਾਡੀ ਮਰਜ਼ੀ ਆ ਜੋ ਵੀ ਤੁਸੀਂ ਲਾਈਕ ਕਰੋਗੇ ਸਭ ਤੋਂ ਪਹਿਲਾਂ ਇੱਧਰ ਆਪਾਂ ਲੇਸ ਦਿੱਤੀ ਆ ਦੋ ਇੱਥੇ ਆਪਾਂ ਇਹਦੇ ਉੱਪਰ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੋ ਲਾਈਨ ਦਿੱਤੀਆਂ ਹੋਈਆਂ ਨੇ ਵਿੱਚ ਲਓ ਜੀ ਨੈਕਸਟ ਸੂਟ ਦਿਖਾਉਂਦੇ ਹਾਂ ਤੁਹਾਨੂੰ ਇਹ ਦੁਪੱਟੇ ਨੂੰ ਨਾ ਪ੍ਰੈਸ ਮਾਰ ਕੇ ਫਿਰ ਪੈਕ ਕਰੋ ਪ੍ਰੈਸ ਮਾਰਨ ਵਾਲੀ ਆਪਾਂ ਬਣਾਇਆ ਹੋਇਆ ਟਿਸ਼ੂ ਔਰਗੈਂਜਾ 'ਤੇ ਤੁਸੀਂ ਮੇਰੇ ਦੇਖਿਆ ਹੋਊਗਾ ਰਸਟ ਕਲਰ ਦੇ ਪਾਇਆ ਹੋਇਆ ਇਹ ਦੀਦੀ ਦਾ ਆਪਾਂ ਜੈਲੋ 'ਤੇ ਬਣਾਇਆ ਬਹੁਤ ਜ਼ਿਆਦਾ ਜੱਚਦਾ ਜੀ ਜੈਲੋ 'ਤੇ ਵੀ ਕਲਰ ਆ ਜਾਂਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਇਸ ਤਰ੍ਹਾਂ ਨਾਲ ਵੀ ਤਿਆਰ ਕਰਵਾ ਸਕਦੇ ਹੋ ਦੇਖੋ ਅਤੇ ਇਹ ਵੀ ਦੋ ਮਸ਼ੀਨਾਂ 'ਚ ਬਣਾਇਆ ਇੱਧਰਲਾ ਕੰਮ ਪਾਰੀ 'ਚ ਕਰਿਆ ਅਤੇ ਜਿਹੜਾ ਇਹ ਕੰਮ ਹੈ ਸਾਰਾ ਇਹ ਸਿੰਗਲ ਟਾਂਕੀ ਦਾ ਕੰਮ ਕਰਿਆ ਹੋਇਆ ਇਸ ਕਰਕੇ ਇਹਦੀ ਖੂਬਸੂਰਤੀ ਹੈ ਜਿਹੜੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਸਾਰਾ ਕੰਮ ਹੈ ਜਿਹੜਾ ਸਿੰਗਲ ਟਾਂਕੀ ਦਾ ਬਿਲਕੁਲ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਹਾਂ ਜੀ ਨੇੜੇ ਤੋਂ ਦਿਖਾਉਣ ਦਾ ਮੇਰਾ ਮਕਸਦ ਇਹ ਹੁੰਦਾ ਹੈ ਨਾ ਕਈ ਵਾਰੀ ਹੁੰਦਾ ਜੀ ਦੂਰੋਂ ਸਾਰੇ ਸੋਹਣੇ ਲੱਗਦੇ ਨੇ ਨੇੜੋਂ ਕੁਛ ਹੋਰ ਮਿਲ ਗਿਆ ਖਾਸੀਅਤ ਸਾਡੇ ਕੰਮ ਦੀ ਹੋਈ ਹੈ ਜਿਹੜੇ ਕਸਟਮਰ ਕੋਲ ਸਾਡਾ ਵਰਕ ਗਿਆ ਹਰ ਇੱਕ ਕਹਿੰਦਾ ਵੀ ਤੁਹਾਡਾ ਵਰਕ ਜਿਹੜਾ ਬਹੁਤ ਜ਼ਿਆਦਾ ਸਾਫ਼ ਹੈ ਹੱਥ ਤੁਹਾਡੇ ਵਰਕਰਾਂ ਦਾ ਬਹੁਤ ਜ਼ਿਆਦਾ ਸਾਫ਼ ਹੈ ਕਿਉਂਕਿ ਜਿੰਨੇ ਵੀ ਮੇਰੇ ਕੋਲ ਵਰਕਰ ਨੇ ਜੀ ਸਾਰੇ ਪੂਰੇ ਵਧੀਆ ਨੇ ਐਨ ਟ੍ਰੇਨਡ ਨੇ ਤੁਹਾਨੂੰ ਪਤਾ ਹੀ ਹੈ ਨਾ ਜਿਹੜਾ ਬਾਹਰਲਾ ਵਰਕਰ ਹੁੰਦਾ ਜੀ
वैसे ही साफ होंगे कम करने के सफाई होंगी इन्हों दे ये देखो इस तरह का सूट है ये इतने थोड़ा फोटो मिल जूगी रस्ट पाया हुआ भी किस तरह का लगता है ये बाँव का कम आ गया जी ठीक है तो ये आप रखा हुआ प्योर कमल चनून का दुपट्टा रैड कलर का इतने तुहाड़ी मर्जी है तुसी सेम रस्ट कलर का दुपट्टा रख सकते हो ठीक है तो सॉरी रस्ट आ गया येलो कलर का रख सकते हो टाइडा ही रख सकते हो पर असी प्योर कमल चनून का दुपट्टा ला के इस तरह का ही सूट तैयार करया हुआ बहुत ज़्यादा जचता है जी पीस पाया हुआ भी बहुत ज़्यादा सोहना लगेगा तो जब भी दीदी को पहुँच के मैं जरूर उन्होंने कहूँगी भी सानू पिक शेयर कर ये तो पसंद है जी तैयार करवा सकते हो जिहड़ा स्क्रीन के उपर प्राइस शो होया वह ना विद प्योर चनून दुपट्टा होया अगर तुसी सैमी चनून दुपट्टा लौंगे तो 1000 रुपए लैस हो जूगा ठीक है जी 1000 का आपस में रेट का फर्क है इन्हों का लो जी नैक्सट दिखाने आप सलवार प्लेन ये नैक्सट सूट आप इन्हों का करया होगा जी पिस्ता कलर तो यह करया हो जॉर्जेट के उपर यह भी सोहना है डिजाइन तुम इस तरह भी करवा सकते हो ये फुल उपर कमर को आ गया हिप तो शुरू हो जाता उपर कमर तक चला जाता है ये इतने घेर के उपर आ गया उपर कलियां जांदियां ने सेम कम है बाँह का पिस्ता कलर का जॉर्जेट का सूट है काफ़ी ज़्यादा सोहना आप ये डिजाइन बनाया हुआ तो इस तरह यदा भी आप जो नैक हैगा इस तरह गर्दनी वाला करया हुआ ठीक है इन्होंने कहा से भी मेरे बैन वाले नैक कर दो इस करके आप दो इस तरह के बना दिते ने तो दो प्लेन बना दिते ने ये भी आप रखा हुआ जी प्योर जॉर्जेट का दुपट्टा दो सूटों असी प्योर जॉर्जेट के लाए ने तो तुम गर्मियों के लिए प्योर जॉर्जेट ला सकते हो कोटा ला सकते हो सिर तो नहीं उतरते कोई इन्हें टिड्डी वगैरह कुछ नहीं लगती खंडन के दुपट्टा यह बहुत ज़्यादा सोहना है बहुत शानदार दुपट्टा है अगर आप रेट की गल करिए जी सैमी चनून वाला सेम रेट पै जूगा तो कुछ कस्टमर कहते हैं सानू प्लेन कपड़ा भेजो कले दुपट्टे भेजो इस तरह नहीं भेजते जी असं कम करके भेजते हैं हाँ प्रिंटड सूट मैं भेज दिनी हूँ है ना पर जिस तरह मैं थोड़ा पहला दिखाए ने वाले सारे सूट जे तुम कहोगे इन्हें चो तुम लै सकते हो बिना वर्क तो पर प्लेन सूट सूँ वर्क करके ही मिलेगा तुम पता करो अपने शहर के प्लेन सूट तो सूँ मिल जाएंगे कई बार सूँ है ना आम नॉर्मल दुकान तो नहीं मिलते बड़ी शॉप से पता कर सकते होंगे तो उतो थो सूट है जोड़ा प्लेन फैब्रिक है जोड़ा मिल सकता है ठीक है जी तो जिन्ना भी अपना फैब्रिक होगा जी चाहे आप सैमी का वरतते हैं चाहे आप प्योर का वरतते हैं सारा गुड क्वालिटी का होगा जिस तरह सैमी जॉर्जेट है बहुत ज़्यादा सोहनी क्वालिटी है बहुत ज़्यादा शानदार है ये क्वालिटी एक होंगी है ना खरसरी जी वो नहीं हैगी जी बहुत ज़्यादा सोहना कपड़ा है भी तो ये भी मौज है नहीं तो यह रेट के ठीक पै जाता अपन ज़्यादा कॉस्टली नहीं पैंता कोई यदा श्रिंकिंग का खतरा नहीं कोई इस तरह की भी रंग फिट हो जूगा तो फिटिंग बहुत ज़्यादा गुड आँदी है तो बहुत सोहनी फिटिंग आऊगी अगर तुम पहनोगे इनू ना गुड क्वालिटी है जी चलो ठीक है जी अज वाली वीडियो तो कई सूट दिखाए हैं तो मैंने पूरी उम्मीद है भी साढ़े सूट रंग डिजाइन तो वधिया लगे होने जो वीडियो वधिया लगी प्लीज़ लाइक शेयर कमेंट जरूर करो चैनल पर नवे सबसक्राइब जरूर करो वीडियो वधिया लगी तो लाइक शेयर कमेंट जरूर करके जाओ ठीक है जी फिर नवी वीडियो मिलते हैं नवे सूटों के नाल मिलते हैं नवे रंगों के नाल मिलते हैं तो वाहेगुरू जी अगे अरदास करते हैं भी परमात्मा तुहाड़ी लाइफ के खुशियां दे सोहने सोहने रंग भर के रखे तुसी सोहने सोहने रंग पाउंदे रहो हंडाउंदे रहो ठीक है जी नवी वीडियो मिलते हैं तद तक दे लई सत श्री अकाल बाय।